ਦੱਸ ਦਈਏ ਕਿ ਇਸ ਚੋਰ ਦੇ ਵੱਲੋਂ ਸ਼ਰੇਆਮ ਇਸ ਬਾਈਕ ਦੀ ਚੋਰੀ ਕੀਤੀ ਗਈ ਹੈ, ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਚੋਰ ਪਹਿਲਾਂ ਤਾਂ ਬਾਈਕ ਦੇ ਆਸ ਪਾਸ ਘੁੰਮਦਾ ਹੈ ਤੇ ਫੋਨ ਕੰਨ ਤੇ ਲਗਾ ਕੇ ਗੱਲ ਕਰਨ ਦਾ ਨਾਟਕ ਕਰ ਰਿਹਾ ਹੁੰਦਾ, ਜਿਸ ਤੋਂ ਬਾਅਦ ਇਹ ਬਾਈਕ ਤੇ ਚਾਬੀ ਲਗਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਤੋਂ ਬਾਅਦ ਜਦ ਲੋਕ ਖੁੱਲ ਜਾਂਦਾ ਹੈ ਤਾਂ ਫਿਰ ਇਹ ਬਾਈਕ ਨੂੰ ਸਟਾਰਟ ਕਰਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਬਾਈਕ ਦੀ ਚੋਰੀ ਕੀਤੀ ਗਈ ਹੈ। ਦੱਸ ਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਇਸ ਸੰਬੰਧੀ ਸੂਚਨਾ ਫਿਰ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ਤੇ ਇਸ ਲੁਟੇਰੇ ਦੀ ਭਾਲ ਕਰ ਰਹੀ ਹੈ। ਤਾਂ ਸ਼ਰੇਆਮ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਇਸ ਚੋਰ ਦੇ ਵੱਲੋਂ ਬਾਈਕ ਚੋਰੀ ਕੀਤੀ ਗਈ ਹੈ, ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਵਾਰਦਾਤ ਕੈਦ ਹੋਈ ਹੈ। ਤਾਂ ਇਹ ਨੌਜਵਾਨ ਪਹਿਲਾਂ ਮੋਬਾਈਲ ਕੰਨ ਤੇ ਲਗਾ ਕੇ ਗੱਲਬਾਤ ਕਰਨ ਦੀ ਐਕਟਿੰਗ ਕਰਦਾ, ਜਿਸ ਤੋਂ ਬਾਅਦ ਇਹ ਇੱਕ ਚਾਬੀ ਜੋ ਕਿ ਇਸਦੇ ਕੋਲ ਜੇਬ ਦੇ ਵਿੱਚ ਮੌਜੂਦ ਹੁੰਦੀ ਹੈ ਉਸਦੇ ਨਾਲ ਬਾਈਕ ਦਾ ਲੌਕ ਖੋਲ੍ਹਦਾ ਤੇ ਬਾਈਕ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ। ਤਾਂ ਪਹਿਲੀ ਵਾਰ ਦੇ ਵਿੱਚ ਤਾਂ ਬਾਈਕ ਸਟਾਰਟ ਵੀ ਨਹੀਂ ਹੁੰਦੀ, ਜਿਸ ਤੋਂ ਬਾਅਦ ਇਹ ਚੋਕ ਲਗਾ ਕੇ ਬਾਈਕ ਨੂੰ ਸਟਾਰਟ ਕਰਦਾ ਹੈ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਦੱਸ ਦਈਏ ਕਿ ਇਸ ਚੋਰ ਦੇ ਵੱਲੋਂ ਸ਼ਰੇਆਮ ਇਸ ਬਾਈਕ ਦੀ ਚੋਰੀ ਕੀਤੀ ਗਈ ਹੈ, ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਚੋਰ ਪਹਿਲਾਂ ਤਾਂ ਬਾਈਕ ਦੇ ਆਸ ਪਾਸ ਘੁੰਮਦਾ ਤੇ ਫੋਨ ਕੰਨ ਤੇ ਲਗਾ ਕੇ ਗੱਲ ਕਰਨ ਦਾ ਨਾਟਕ ਕਰ ਰਿਹਾ ਹੁੰਦਾ, ਜਿਸ ਤੋਂ ਬਾਅਦ ਇਹ ਬਾਈਕ ਤੇ ਚਾਬੀ ਲਗਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਤੋਂ ਬਾਅਦ ਜਦ ਲੋਕ ਖੁੱਲ ਜਾਂਦਾ ਹੈ ਤਾਂ ਫਿਰ ਇਹ ਬਾਈਕ ਨੂੰ ਸਟਾਰਟ ਕਰਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਬਾਈਕ ਦੀ ਚੋਰੀ ਕੀਤੀ ਗਈ ਹੈ। ਦੱਸ ਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਇਸ ਸੰਬੰਧੀ ਸੂਚਨਾ ਫਿਰ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ਤੇ ਇਸ ਲੁਟੇਰੇ ਦੀ ਭਾਲ ਕਰ ਰਹੀ ਹੈ। ਤਾਂ ਸ਼ਰੇਆਮ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਇਸ ਚੋਰ ਦੇ ਵੱਲੋਂ ਬਾਈਕ ਚੋਰੀ ਕੀਤੀ ਗਈ ਹੈ, ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਵਾਰਦਾਤ ਕੈਦ ਹੋਈ ਹੈ। ਤਾਂ ਇਹ ਨੌਜਵਾਨ ਪਹਿਲਾਂ ਮੋਬਾਈਲ ਕੰਨ ਤੇ ਲਗਾ ਕੇ ਗੱਲਬਾਤ ਕਰਨ ਦੀ ਐਕਟਿੰਗ ਕਰਦਾ, ਜਿਸ ਤੋਂ ਬਾਅਦ ਇਹ ਇੱਕ ਚਾਬੀ ਜੋ ਕਿ ਇਸਦੇ ਕੋਲ ਜੇਬ ਦੇ ਵਿੱਚ ਮੌਜੂਦ ਹੁੰਦੀ ਹੈ ਉਸਦੇ ਨਾਲ ਬਾਈਕ ਦਾ ਲੌਕ ਖੋਲ੍ਹਦਾ ਤੇ ਬਾਈਕ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ। ਤਾਂ ਪਹਿਲੀ ਵਾਰ ਦੇ ਵਿੱਚ ਤਾਂ ਬਾਈਕ ਸਟਾਰਟ ਵੀ ਨਹੀਂ ਹੁੰਦੀ, ਜਿਸ ਤੋਂ ਬਾਅਦ ਇਹ ਚੋਕ ਲਗਾ ਕੇ ਬਾਈਕ ਨੂੰ ਸਟਾਰਟ ਕਰਦਾ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਦੱਸ ਦਈਏ ਕਿ ਇਸ ਚੋਰ ਦੇ ਵੱਲੋਂ ਸ਼ਰੇਆਮ ਇਸ ਬਾਈਕ ਦੀ ਚੋਰੀ ਕੀਤੀ ਗਈ ਹੈ, ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਚੋਰ ਪਹਿਲਾਂ ਤਾਂ ਬਾਈਕ ਦੇ ਆਸ ਪਾਸ ਘੁੰਮਦਾ ਤੇ ਫੋਨ ਕੰਨ ਤੇ ਲਗਾ ਕੇ ਗੱਲ ਕਰਨ ਦਾ ਨਾਟਕ ਕਰ ਰਿਹਾ ਹੁੰਦਾ, ਜਿਸ ਤੋਂ ਬਾਅਦ ਇਹ ਬਾਈਕ ਤੇ ਚਾਬੀ ਲਗਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਤੋਂ ਬਾਅਦ ਜਦ ਲੋਕ ਖੁੱਲ ਜਾਂਦਾ ਹੈ ਤਾਂ ਫਿਰ ਇਹ ਬਾਈਕ ਨੂੰ ਸਟਾਰਟ ਕਰਦਾ ਤੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਬਾਈਕ ਦੀ ਚੋਰੀ ਕੀਤੀ ਗਈ ਹੈ। ਦੱਸ ਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਇਸ ਸੰਬੰਧੀ ਸੂਚਨਾ ਫਿਰ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ਤੇ ਇਸ ਲੁਟੇਰੇ ਦੀ ਭਾਲ ਕਰ ਰਹੀ ਹੈ। ਤਾਂ ਸ਼ਰੇਆਮ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਇਸ ਚੋਰ ਦੇ ਵੱਲੋਂ ਬਾਈਕ ਚੋਰੀ ਕੀਤੀ ਗਈ ਹੈ, ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਵਾਰਦਾਤ ਕੈਦ ਹੋਈ ਹੈ। ਤਾਂ ਇਹ ਨੌਜਵਾਨ ਪਹਿਲਾਂ ਮੋਬਾਈਲ ਕੰਨ ਤੇ ਲਗਾ ਕੇ ਗੱਲਬਾਤ ਕਰਨ ਦੀ ਐਕਟਿੰਗ ਕਰਦਾ ਹੈ, ਜਿਸ ਤੋਂ ਬਾਅਦ ਇਹ ਇੱਕ ਚਾਬੀ ਜੋ ਕਿ ਇਸਦੇ ਕੋਲ ਜੇਬ ਦੇ ਵਿੱਚ ਮੌਜੂਦ ਹੁੰਦੀ ਹੈ ਉਸਦੇ ਨਾਲ ਬਾਈਕ ਦਾ ਲੌਕ ਖੋਲ੍ਹਦਾ
ਤੇ ਬਾਈਕ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ ਤਾਂ ਪਹਿਲੀ ਵਾਰ ਦੇ ਵਿੱਚ ਤਾਂ ਬਾਈਕ ਸਟਾਰਟ ਵੀ ਨਹੀਂ ਹੁੰਦੀ, ਜਿਸ ਤੋਂ ਬਾਅਦ ਇਹ ਚੋਕ ਲਗਾ ਕੇ ਬਾਈਕ ਨੂੰ ਸਟਾਰਟ ਕਰਦਾ ਹੈ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ।